ਤਾਂ ਦੱਸਦੇ ਕਿ ਦੋ ਟਰੱਕਾਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੋਈ ਹੈ, ਜਿਸ ਤੋਂ ਬਾਅਦ ਟਰੱਕ ਦਾ ਚਾਲਕ ਅੰਦਰ ਹੀ ਵੱਜ ਜਾਂਦਾ, ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕੜੀ ਮੁਸ਼ਕਤ ਦੇ ਨਾਲ ਇਸ ਨੂੰ ਬਾਹਰ ਕੱਢਿਆ ਜਾਂਦਾ। ਤਾਂ ਰੋਡ 'ਤੇ ਜਾ ਰਹੇ ਸੀ ਇਹ ਟਰੱਕ, ਜਿਨ੍ਹਾਂ ਦੀ ਕਿ ਆਹਮੋ ਸਾਹਮਣੇ ਤੋਂ ਭਿਆਨਕ ਟੱਕਰ ਹੋਈ ਹੈ, ਤਾਂ ਦੋਵੇਂ ਗੱਡੀਆਂ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ, ਵੱਡਾ ਨੁਕਸਾਨ ਹੋ ਜਾਂਦਾ। ਦੱਸਦੇ ਕਿ ਇੱਕ ਟਰੱਕ ਦਾ ਚਾਲਕ ਮੌਕੇ 'ਤੇ ਟਰੱਕ ਦੇ ਵਿੱਚ ਹੀ ਫਸ ਜਾਂਦਾ, ਜਿਸ ਤੋਂ ਬਾਅਦ ਮੌਕੇ 'ਤੇ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਫਿਰ ਸੜਕ ਸੁਰੱਖਿਆ ਫੋਰਸ ਦੀ ਟੀਮ ਪਹੁੰਚਦੀ ਹੈ, ਜਿਨ੍ਹਾਂ ਦੇ ਵੱਲੋਂ ਮੌਕੇ 'ਤੇ ਇਸ ਨੂੰ ਬਾਹਰ ਕੱਢਿਆ ਜਾਂਦਾ, ਜਿਸ ਕਾਰਨ ਇਸਦੇ ਭਾਰੀ ਸੱਟਾਂ ਲੱਗਦੀਆਂ ਨੇ ਅਤੇ ਇਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਜਾਂਦਾ। ਤਾਂ ਤੁਹਾਨੂੰ ਦੱਸ ਦਈਏ ਕਿ ਹਾਦਸਾ ਨੰਗਲ ਦੇ ਵਿੱਚ ਵਾਪਰਿਆ, ਜਿੱਥੇ ਕਿ ਇਸ ਜ਼ਖਮੀ ਸ਼ਖਸ ਨੂੰ ਅਨੰਦਪੁਰ ਸਾਹਿਬ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ। ਤਾਂ ਵੇਖ ਸਕਦੇ ਹੋ ਕੀ ਹਾਲ ਇਸ ਟਰੱਕ ਦਾ ਹੋਇਆ, ਜਿੱਥੇ ਸੜਕ 'ਤੇ ਕਾਫੀ ਲੰਮਾ ਜਾਮ ਵੀ ਲੱਗ ਜਾਂਦਾ। ਤਾਂ ਦੋ ਟਰੱਕਾਂ ਦੀ ਇਹ ਟੱਕਰ ਹੋਈ ਹੈ ਅਤੇ ਕਿਸ ਦੀ ਗਲਤੀ ਕਰਕੇ ਹਾਦਸਾ ਹੋਇਆ, ਫਿਲਹਾਲ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਪਰ ਇਸ ਟੱਕਰ ਦੇ ਵਿੱਚ ਇੱਕ ਚਾਲਕ ਗੰਭੀਰ ਜ਼ਖਮੀ ਹੋਇਆ, ਜਿਸ ਨੂੰ ਕਿ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ। ਮੇਰਾ ਨਾਮ ਗੁਰਮੁਖ ਸਿੰਘ ਸੋਢੀ ਹੈ ਜੀ, ਮੈਂ ਪਿੰਡ ਬੈਲੂ ਦਾ ਹੀ ਰਹਿਣ ਵਾਲਾ ਇੱਥੇ ਦਾ ਜੀ। ਐਕਸੀਡੈਂਟ ਇਸ ਤਰ੍ਹਾਂ ਹੋਇਆ, ਮੋਹਰੇ ਗੱਡੀ ਜਾ ਰਹੀ ਸੀ, ਟੈਂਕਰ ਵੱਡਾ, ਉਸਦੇ ਅੱਗੇ ਕੋਈ ਘੋੜਾ ਰੇੜਾ ਆ ਗਿਆ, ਜਿਸ ਕਰਕੇ ਉਹਨੇ ਬ੍ਰੇਕ ਮਾਰੀ, ਪਿੱਛੇ ਗੱਡੀ ਸੀਗੀ, ਇਹਨਾਂ ਤੋਂ ਕੰਟਰੋਲ ਨਹੀਂ ਹੋਇਆ, ਇਸ ਕਰਕੇ ਇਹਨਾਂ ਦਾ ਐਕਸੀਡੈਂਟ ਹੋਇਆ ਜੀ। ਉਹਨਾਂ ਦੀਆਂ ਲੱਤਾਂ ਫ੍ਰੈਕਚਰ ਹੋ ਗਏ ਵਿੱਚ, ਬੜੀ ਮੁਸ਼ਕਲ ਦੇ ਨਾਲ ਕੱਢਿਆ ਟਰੈਕਟਰ ਦੇ ਨਾਲ, ਬੈਲਟਾਂ ਪਾ ਕੇ ਆਪਾਂ ਸਾਰਾ ਪਿੰਡ ਵਾਲੇ ਇੱਥੇ ਆ ਗਏ ਸੀਗੇ, ਬਹੁਤ ਸਾਰੇ ਪਿੰਡ ਵਾਲਿਆਂ ਨੇ ਬਹੁਤ ਹੈਲਪ ਕੀਤੀ ਜੀ, ਕੱਢ ਕੇ ਉਹਨਾਂ ਨੂੰ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਪਹੁੰਚਾਇਆ ਗਿਆ ਜੀ, ਫਿਲਹਾਲ ਉਹ ਠੀਕ ਹੈ ਜੀ। ਇਹ ਮੋਹਰੇ ਦੀ ਟੈਂਕੀ ਆ ਗਈ ਜੀ, ਟੈਂਕੀ ਵਾਲੇ ਨੇ ਇੱਕਦਮ ਬ੍ਰੇਕ ਲਗਾ ਦਿੱਤੀ, ਇਹ ਸਾਡੀ ਇਹ ਗੱਡੀ ਹੈਗੀ ਹੈ 73-74 ਨੰਬਰ, ਕੌਣ ਚਲਾ ਰਿਹਾ ਸੀ? ਭਰਾ ਚਲਾ ਰਿਹਾ ਸੀਗਾ ਮੇਰਾ ਜੀ। ਕਿਆ ਨਾਮ ਹੈ? ਪ੍ਰੇਮ ਚੰਦ। ਕਿੰਨੀ ਉਮਰ ਹੈ ਉਹਨਾਂ ਦੀ? ਉਹਨਾਂ ਦੀ ਉਮਰ ਹੋ ਗਈ 60 ਸਾਲ। ਤੇ ਉਹਨਾਂ ਨੂੰ ਸੱਟਾ ਚੋਟਾ ਲੱਤਾਂ ਤੇ ਲੱਗੀਆਂ ਉਹਨਾਂ ਨੂੰ ਬਹੁਤ ਜ਼ਿਆਦਾ, ਲੱਤਾਂ ਮਤਲਬ ਇੱਕਦਮ ਡਿੱਗ ਗਈ। ਉਪਚਾਰ ਦੇ ਲਈ ਕਿੱਥੇ ਭੇਜੇ ਗਏ? ਇੱਥੇ ਪਹਿਲੇ ਅਨੰਦਪੁਰ ਸਾਹਿਬ ਲੈ ਗਏ ਸੀਗੇ, ਹੁਣ ਇੱਥੋਂ ਫਿਰ ਰੈਫਰ ਕਰਾ ਲਿਆ, ਕਰਤਾ ਉਹਨੇ DMC ਲੁਧਿਆਣਾ। ਕਿਵੇਂ ਹੋਇਆ ਐਕਸੀਡੈਂਟ? ਉਸ ਟੈਂਕੀ ਵਾਲੇ ਨੇ ਇੱਕਦਮ ਮੋਹਰੇ ਬ੍ਰੇਕ ਲੱਗ ਗਈ, ਜਦੋਂ ਟੈਂਕੀ ਮੋਹਰੇ ਖੜ ਗਈ ਉਹਦੇ ਮੋਹਰੇ ਗੁੱਸੀ ਦੀ ਮਗਰ ਗੱਡੀ। ਇਹ ਜਿਹੜਾ ਪੇਸ਼ੈਂਟ ਪ੍ਰੇਮ ਕੁਮਾਰ ਦੱਸਦੇ, ਨਾਮ ਸਾਨੋ ਅਨੰਤਰਾਮ, ਡਿਸਟ੍ਰਿਕਟ ਇਹਨਾਂ ਦਾ ਉਨਾ ਹੈਗਾ, ਅਤੇ ਐਕਸੀਡੈਂਟ ਹੋਇਆ ਜਿੰਦਵੜੀ ਕੋਲ। ਪੇਸ਼ੈਂਟ ਦੋਨੋਂ ਲੱਤਾਂ ਫ੍ਰੈਕਚਰ ਹੈਗੀਆਂ, ਮੇਰੇ ਕੋਲ ਫਸਟ ਏਡ ਕਰ ਦਿੱਤੀ ਗਈ ਹੈ ਅਤੇ ਉਸ ਤੋਂ ਬਾਅਦ ਇਹਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਅੱਗੇ ਰੈਫਰ ਕੀਤਾ ਗਿਆ PGI, ਕਿਉਂਕਿ ਫ੍ਰੈਕਚਰ ਥੋੜ੍ਹਾ ਜ਼ਿਆਦਾ ਲੱਗ ਰਿਹਾ ਜੀ। ਇੱਕੋ ਹੀ ਸੀ ਇਸ ਕੇਸ? ਹਾਂਜੀ, ਇਹਦੇ ਵਿੱਚ ਮਰੀਜ਼ ਇੱਕੋ ਜਿਹਾ ਹੈਗਾ ਜੀ ਸਾਡੇ। ਮੇਰਾ ਨਾਮ ਜੀ ਸੀ ਰਵੇਸ਼ ਕੁਮਾਰ, ਸੜਕ ਸੁਰੱਖਿਆ ਬੋਰਡ ਦੇ ਇੰਚਾਰਜ ਹਾਂ। ਅਤੇ ਸਾਨੂੰ ਇਨਫੋਰਮੇਸ਼ਨ ਆਈ ਸੀ 6:30 ਦੇ ਕਰੀਬ, 35-40 ਮਿੰਟ 'ਤੇ ਅਸੀਂ ਪਹੁੰਚ ਗਏ, ਬੈਲੂ ਪਿੰਡ ਕੋਲ ਐਕਸੀਡੈਂਟ ਹੋਇਆ ਦੋ ਗੱਡੀਆਂ ਦਾ। ਪਰ ਸਾਡੇ ਆਉਣ ਤੱਕ ਕਾਰਨ ਕੀ ਹੋਇਆ ਐਕਸੀਡੈਂਟ ਦਾ? ਕਿਵੇਂ ਹੋਇਆ ਜੀ? ਕਾਰਨ ਤਾਂ ਕਿਆ ਕਹਿੰਦੇ, ਗੱਡੀ ਘੋੜਾ ਜਿਹੜਾ ਆ ਗਿਆ ਉਹ ਤਾਂ ਇਹੀ ਦੱਸਦੇ ਦੇਖਣ ਵਾਲੇ ਲੋਕ। ਅੱਛਾ, ਦੋ ਗੱਡੀਆਂ ਹੋਇਆ ਜਿਹਦਾ ਟਰੈਕਟਰ ਇੱਕ ਟੈਂਕਰ ਹੈ ਜੀ, ਤੇਜਾਬ ਵਾਲਾ। ਅੱਛਾ ਜੀ, ਇਹ ਗੱਡੀ ਦਾ ਲੋਡ ਹੈ, ਉਹ ਬੰਦ ਸੀ ਉਹਦਾ ਪਤਾ ਨਹੀਂ। ਸਾਡੇ ਆਉਣ ਤੋਂ ਪਹਿਲਾਂ ਪਿੰਡ ਦੇ ਲੋਕਾਂ ਨੇ ਬਹੁਤ ਮਦਦ ਕੀਤੀ, ਉਹ ਡਰਾਈਵਰ ਨੂੰ ਕੱਢਿਆ ਸੀ ਬਾਹਰ। ਕਿੰਨੇ ਬੰਦੇ ਇੰਜਰਡ ਹੋਏ ਜੀ? ਇੱਕ ਬੰਦਾ ਇੰਜਰਡ, ਮੇਰੇ ਲੱਤਾਂ ਟੁੱਟ ਗਈਆਂ ਉਹਦੀਆਂ। ਉਹ ਸਾਡੇ ਆਉਣ ਵੇਲੇ ਪਿੰਡਾਂ ਬੰਦੇ ਕਿਹੜੇ ਜਾਣੀ ਪਹੁੰਚੇ ਸੀ ਆਪਣੀ ਗੱਡੀ 'ਚ, ਐਂਬੂਲੈਂਸ ਪਹੁੰਚੀ ਨਹੀਂ, ਅਸੀਂ ਆਪਣੀ ਗੱਡੀ ਪਾ ਕੇ ਹੋਸਪਿਟਲ ਪਹੁੰਚਾ ਤਾ ਅਤੇ ਉੱਥੇ ਉਹਨਾਂ ਨੇ ਅੱਗੇ ਰੈਫਰ ਕਰਤਾ। ਫਿਰ ਕਿਆ, ਬਾਕੀ ਟ੍ਰੈਫਿਕ ਹਟਾ ਤੀ, ਹੁਣ ਇਸ ਟਾਈਮ ਚੱਲ ਰਹੀ ਹੈ ਵਧੀਆ।